ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸਿੱਖ ਆਪਣੇ ਧਰਮ ਦਾ ਸਤਿਕਾਰ ਕਰਦੇ ਹਨ, ਉੱਥੇ ਬਾਕੀ ਧਰਮਾਂ ਦਾ ਵੀ ਆਦਰ ਸਤਿਕਾਰ ਕਰਦੇ ਹਨ। ਸਿੱਖ ਕਿਸੇ ਵੀ ਆਸਥਾ ਦਾ ਨਿਰਾਦਰ ਨਹੀਂ ਕਰਦੇ। ਬੀਤੇ ਦਿਨੀ 8 ਅਗਸਤ 2020 ਦਿਨ ਸ਼ਨੀਵਾਰ ਨੂੰ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਨੂੰ ਸਮਰਾਲਾ ਤੁਰ ਲੁਧਿਆਣਾ ਰੋਡ ਪਿੰਡ ਲੰਬੜਾ ਦੇ ਨੇੜੇ ਬਹੁਤ ਸਾਰੀਆਂ ਮੂਰਤੀਆਂ ਬੇਅਦਬੀ ਹਾਲਤ ਵਿੱਚ ਮਿਲੀਆਂ। ਇਹਨਾਂ ਮੂਰਤੀਆਂ ਨੂੰ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, SHO ਸਾਹਿਬ ਸਮਰਾਲਾ, ਸ਼ਿਵ ਸੈਨਾ ਦੇ ਪ੍ਰਧਾਨ ਰਮਨ ਵਡੇਰਾ, ਪਵਨ ਸਹੋਤਾ, ਮੁੱਖ ਪ੍ਰਚਾਰਕ ਸਰਦਾਰ ਸਿਮਰਜੀਤ ਸਿੰਘ, ਸਰਦਾਰ ਬਲਵੀਰ ਸਿੰਘ ਰੋਲੇ, ਸਰਦਾਰ ਹਰਪ੍ਰੀਤ ਸਿੰਘ ਕੁੱਲੇਵਾਲ ਅਤੇ ਸਰਦਾਰ ਜਸਵੀਰ ਸਿੰਘ ਆਦਿ ਦੀ ਦੇਖ ਰੇਖ ਵਿੱਚ ਇਹਨਾਂ ਮੂਰਤੀਆਂ ਦਾ ਨੀਲੋ ਨਹਿਰ ਵਿੱਚ ਜਲ ਪ੍ਰਵਾਹ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਦਾਸ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਵਿਦਿਆਰਥੀ ਦਮਦਮੀ ਟਕਸਾਲ, ਜੱਥਾ ਭਿੰਡਰਾ, ਅਤੇ ਭਾਈ ਬਲਾਕਾ ਸਿੰਘ ਸਿੱਖ ਜਥੇਬੰਦੀ ਸੰਘਰਸ਼ ਕਮੇਟੀ ਪੰਜਾਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨੂੰ ਸਮਰਪਿਤ ਦਾਸ ਲੰਘਿਆ ਜਾ ਰਿਹਾ ਸੀ। ਕੁਝ ਕੁ ਮੀਡੀਆ ਵਾਲੇ ਵੀਰਾਂ ਦਾ ਵੀ ਮੈਨੂੰ ਫੋਨ ਆਇਆ ਵੀ ਉੱਥੇ ਬੇਅਦਬੀ ਹੋਈ ਆ, ਨਾਰਾਜ਼ਗੀ ਹੋ ਰਹੀ ਆ। ਉਹਦੀ ਮੌਜੂਦਗੀ ਵਿੱਚ ਗਣੇਸ਼ ਜੀ ਦੀ ਮੂਰਤੀਆਂ, ਹਨੂੰਮਾਨ ਜੀ ਦੀਆਂ, ਕ੍ਰਿਸ਼ਨ ਜੀ ਦੀਆਂ ਹੱਟੜੀਆਂ, ਸ਼ਿਵਜੀ ਦੀਆਂ ਮੂਰਤੀਆਂ ਵੀ ਵਿੱਚ ਪਈਆਂ ਨੇ। ਇੱਥੇ ਨਰਾਦਰੀ ਅਤੇ ਬੇਅਦਬੀ ਹੋ ਰਹੀ ਸੀਗੀ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ, ਅਤੇ CID ਵਾਲੇ ਵੀਰ ਖੜ੍ਹੇ ਨੇ, SHO ਸਾਹਿਬ ਖੜ੍ਹੇ ਨੇ, ਸ਼ਿਵ ਸੈਨਾ ਦੇ ਪ੍ਰਧਾਨ ਰਮਨ ਵਡੇਰਾ ਖੜ੍ਹਾ, ਸਾਡਾ ਵੀਰ ਪਵਨ ਸੋਤਾ ਖੜ੍ਹਾ। ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹਨੂੰ ਅਸੀਂ ਜਲ ਪ੍ਰਵਾਹ ਕਰਨਾ ਚਾਹੁੰਦੇ ਹਾਂ, ਕਿਉਂਕਿ ਕੱਲ੍ਹ ਨੂੰ ਇਹ ਗੱਲ ਆਉਂਦੀ ਆ ਵੀ ਨਹੀਂ ਜੀ, ਆਸਥਾ ਨੂੰ ਸੱਟ ਲੱਗਦੀ ਆ। ਜਿੱਥੇ ਸਿੱਖ ਆਪਣੇ ਧਰਮ ਨੂੰ ਪਿਆਰ ਕਰਦਾ, ਉੱਥੇ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦਾ। ਸਾਡੇ ਪ੍ਰਤੀ ਨਫ਼ਰਤ ਵੈਰ ਵਿਰੋਧ ਨਹੀਂ ਹੈਗਾ, ਪਰ ਅਸੀਂ ਹਰ ਇੱਕ ਦਾ ਸਤਿਕਾਰ ਚਾਹੁੰਦੇ ਹਾਂ। ਅਸੀਂ ਏਕਤਾ ਅਖੰਡਤਾ ਦੇ ਹਾਮੀ ਹਾਂ, ਪਰ ਗੁਰਮੁਖ ਪਿਆਰਿਓ ਅਸੀਂ ਉਸ ਰਾਜ ਦੀ ਵੀ ਗੱਲ ਕਰਦੇ ਹਾਂ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਜਿੰਨਾ ਸੋਨਾ ਮੰਦਰ ਨੂੰ ਚੜ੍ਹਿਆ, ਜਿੰਨਾ ਸੋਨਾ ਮਸੀਤ ਨੂੰ ਚੜ੍ਹਿਆ, ਉਨਾ ਹੀ ਸੋਨਾ ਦਰਬਾਰ ਸਾਹਿਬ ਚੜ੍ਹਿਆ। ਅਸੀਂ ਉਸ ਰਾਜ ਦੀ ਵੀ ਗੱਲ ਕਰਦੇ ਹਾਂ। ਮੇਰੀ ਬੇਨਤੀ ਆ, ਆਹ ਭਰਾਵਾਂ ਦੀ ਮੌਜੂਦਗੀ ਵਿੱਚ ਅਸੀਂ ਇਹ ਮੂਰਤੀਆਂ ਜਲ ਪ੍ਰਵਾਹ ਕਰਾਂਗੇ, ਕਿਉਂਕਿ ਕੱਲ੍ਹ ਨੂੰ ਕੋਈ ਐਕਸ਼ਨ ਲੈਂਦਾ, ਕੋਈ ਗੱਲਬਾਤ ਕਰਦਾ ਤਾਂ ਸਾਡੇ ਵੀਰ ਖੜ੍ਹੇ ਨੇ, ਰਮਨ ਵਡੇਰਾ, ਪਵਨ ਵੀਰ ਖੜ੍ਹਾ, SHO ਸਾਹਿਬ ਖੜ੍ਹਾ, ਮੌਕੇ ਦਾ ਪ੍ਰਸ਼ਾਸਨ ਹੈ ਜਿਹੜਾ, ਅਤੇ ਉਹਦੇ 'ਤੇ ਅਸੀਂ ਐਨ ਪੂਰੀ ਲਿਖਤੀ ਫੈਸਲਾ ਕਰਕੇ ਅਸੀਂ ਇਹਨਾਂ ਨੂੰ ਕਰ ਰਹੇ ਹਾਂ। ਇਹ ਕਿਸੇ ਵੀਰ ਨੂੰ ਇਤਰਾਜ਼ ਨਹੀਂ, ਕਿਉਂਕਿ ਗੁਰਮੁਖ ਪਿਆਰਿਓ ਇਹ ਵਿਚਾਰੇ ਢਾਕੇ ਗਏ ਹੋਏ ਸੀ ਅਤੇ ਖੰਡਿਤ ਹੋ ਗਈਆਂ, ਅਤੇ ਇੱਥੇ ਅੱਗ ਲੱਗ ਗਈ ਜਾਂ ਲਾ ਤੀ ਕਿਸੇ ਨੇ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਹੀ ਜਾਣਦਾ, ਕਿਸੇ ਨੇ ਲਾ ਤੀ ਜਾਂ ਲੱਗ ਗਈ, ਪਰ ਜਦੋਂ ਨਿਕਲਿਆ ਤਾਂ ਧੂੜ ਮਿੱਟੀ ਪੈਂਦੀ ਆ, ਬੇਅਦਬੀ ਨਰਾਦਰੀ ਹੁੰਦੀ ਆ। ਅਤੇ ਹੋਰ ਸਾਡੇ ਪਵਨ ਵੀਰ ਜੀ ਦੱਸਣਗੇ। ਸਾਨੂੰ ਬਾਬਾ ਜੀ ਦਾ ਫੋਨ ਆਇਆ ਸੀਗਾ ਮੇਰੀ ਵੀ ਆਪਣੇ ਚਹਿਲਾਂ ਦੇ ਕੋਲ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਪਵਨ ਅਤੇ ਮਾਤਾ ਜੀ ਦੀਆਂ ਮੂਰਤੀਆਂ, ਅਤੇ ਵੀ ਇਹਨਾਂ ਦੀ ਇੱਥੇ ਬੇਅਦਬੀ ਹੋਈ ਆ, ਵੀ ਆਪਾਂ ਇਹਨਾਂ ਨੂੰ ਸਾਰੇ ਰਲ ਕੇ, ਸਾਡੇ ਵੱਡੇ ਵੀਰ ਰਮਨ ਵਡੇਰਾ ਜੀ, ਕਾਰਜਯੋਗ SHO ਸਾਹਿਬ ਸਮਰਾਲਾ, ਇਹ ਵੀ ਪਹੁੰਚੇ ਨੇ, ਤਾਂ ਅਸੀਂ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਇਹਨੂੰ ਅਸੀਂ ਬੜੇ ਆਦਰ ਸਤਿਕਾਰ ਨਾਲ ਜਲ ਪ੍ਰਵਾਹ ਕਰਾਂਗੇ ਜੀ। ਅਤੇ ਵੀ ਕੋਈ ਵੀ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈਗਾ। ਗੁਰੂ ਪੰਥ ਨੂੰ ਸਮਰਪਿਤ ਦਾਸ ਮੁੱਖ ਸੰਚਾਲਕ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਵਿਦਿਆਰਥੀ ਦਮਦਮੀ ਟਕਸਾਲ, ਜਿੱਥੇ ਸਿੱਖ ਆਪਣੇ ਧਰਮ ਦਾ ਸਤਿਕਾਰ ਕਰਦਾ ਹੈ, ਉੱਥੇ ਬਾਕੀ ਧਰਮਾਂ ਦਾ ਵੀ ਪਿਆਰ ਸਤਿਕਾਰ ਬਰਾਬਰ ਰੱਖਦਾ ਹੈ। ਸਿੱਖ ਆਪਣੇ ਧਰਮ ਨੂੰ ਪਿਆਰ ਕਰਨ ਵਾਲਾ ਦੂਜੇ ਧਰਮਾਂ ਦਾ ਸਤਿਕਾਰ ਕਰਦਾ ਹੈ, ਕਿਸੇ ਦੀ ਆਸਥਾ ਨੂੰ ਸੱਟ ਨਹੀਂ ਪਹੁੰਚਾਉਂਦਾ। ਕਈ ਸਾਨੂੰ ਕਹਿੰਦੇ ਨੇ ਜੀ ਇਹ ਖਾਲਿਸਤਾਨੀ ਨੇ, ਜੀ ਇਹ ਖਾਲਸਾ ਰਾਜ ਦੀ ਗੱਲ ਕਰਦੇ ਨੇ, ਦੇਸ਼ ਵੰਡਣਾ ਚਾਹੁੰਦੇ ਨੇ। ਵੀਰੋ, ਅਸੀਂ ਏਕਤਾ ਚਾਹੁੰਦੇ ਹਾਂ, ਏਕਤਾ ਦੇ ਹਾਮੀ ਹਾਂ। ਕਈ ਨਿਤੇਸ਼ ਵਰਗੇ, ਸੂਰੀ ਵਰਗੇ ਬੋਲਦੇ ਨੇ, ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ, ਰੋਡ ਦੇ ਬਿਲਕੁਲ ਨਜ਼ਦੀਕ ਪਈਆਂ ਨੇ, ਇੱਥੋਂ ਕੁਛ ਦੂਰੀ 'ਤੇ ਮੰਦਰ ਹੈ, ਇੱਥੋਂ ਕੁਛ ਦੂਰੀ 'ਤੇ ਮੁਕਤੀ ਧਾਮ ਮੰਦਰ ਚਹਿਲਾ ਹੈ, ਕੀ ਕਿਸੇ ਨੂੰ ਦਿਖੀਆਂ ਨਹੀਂ ਹੈ ਮੂਰਤੀਆਂ ਪਈਆਂ? ਅੱਜ ਸਾਡੀ ਬੇਨਤੀ ਆ, ਅਸੀਂ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਚੱਕਾਂਗੇ ਇਹਨਾਂ ਨੂੰ। ਇੱਥੇ ਕੋਈ ਸੀ ਪ੍ਰਦੇਸ਼ੀ ਸੀਗੇ, ਉਹ ਝੌਂਪੜੀ ਵਿੱਚ ਢੱਕ ਕੇ ਰੱਖ ਕੇ ਉਹਨੂੰ ਅੱਗ ਲੱਗ ਗਈ। ਉਹ ਤੋਂ ਬਾਅਦ ਆਹ ਦੇਖੋ ਹਾਲਾਤ, ਆਹ ਹਾਲਾਤ ਨੇ ਕਿ ਕਿਸੇ ਦੀ ਆਸਥਾ ਨੂੰ ਸੱਟ ਨਾ ਲੱਗੇ। ਸਾਡਾ ਮਕਸਦ ਇਹ ਆ, ਘੱਟੋ ਘੱਟ ਅਸੀਂ
ਧਰਮਾਂ ਦੇ ਸਤਿਕਾਰ ਵਾਸਤੇ ਗੁਰੂ ਸਾਹਿਬ ਦੇ ਸਤਿਕਾਰ ਵਾਸਤੇ ਸਦਾ ਹੀ ਤੁਰੇ ਹੋਏ ਹਾਂ। ਪਰ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਹਾਂ ਵੀ ਆਹ ਦੇਖੋ ਆਹ ਮੂਰਤੀਆਂ, ਆਹ ਗਣੇਸ਼ ਜੀ ਦੀਆਂ ਮੂਰਤੀਆਂ ਪਈਆਂ ਨੇ, ਇੱਕ ਦੋ ਮੈਨੂੰ ਉਹ ਵੀ ਗਣੇਸ਼ ਜੀ ਦੀ ਆ ਜੀ, ਦੇਖਿਓ ਤਾਂ ਗਣੇਸ਼ ਜੀ ਦੀ ਆ ਜੀ। ਇਹ ਵੀ ਵੱਡੀ ਮੂਰਤੀ ਗਣੇਸ਼ ਜੀ ਦੀ ਆ। ਬਾਬਾ ਜੀ ਸ਼ਰਾਬ ਵਾਲੀਆਂ ਬੋਤਲਾਂ ਵੀ ਬੱਚੇ ਪਈਆਂ ਨੇ, ਹਨੂਮਾਨ ਜੀ ਜੀ ਦੀ ਵੀ ਪਈ ਹੈ, ਸਾਡੇ ਲੋਕ ਮਹਾਵੀਰ ਕਹਿ ਕੇ ਪੂਜਦੇ ਨੇ। ਆ ਦੇਖੋ, ਪਰ ਅਸੀਂ ਇਹ ਚੀਜ਼ ਦੇਖਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਬਕਾਇਦਾ ਪ੍ਰਸ਼ਾਸਨ ਨੂੰ ਫੋਨ ਕਰਾਂਗੇ, ਇਹਨਾਂ ਨੂੰ ਇੱਥੋਂ ਲਿਜਾ ਕੇ ਜਲ ਪ੍ਰਵਾਹ ਕਰਨ ਦੀ ਕੋਸ਼ਿਸ਼ ਕਰਾਂਗੇ, ਮੀਡੀਆ ਵੀ ਬੁਲਾਵਾਂਗੇ। ਵੀਰੋ ਆਹ ਹਾਲਾਤ ਨੇ ਸਾਡੇ, ਅਸੀਂ ਸਿੱਖ ਧਰਮ ਦੇ ਖਿਲਾਫ਼ ਬੋਲਦੇ ਹਾਂ, ਪਰ ਇੱਕ ਗੱਲ ਸੋਚ ਲੈਣੀ ਚਾਹੀਦੀ ਆ, ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ। ਦਾਸ ਦਾ ਨੰਬਰ 98550050052। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।